हेलो एवरीवन, वेलकम बैक टू आवर चैनल अनंतपुर साहब। चलिए ते मत्था टेक के आइए गुरु घर, ते बहुत सारियां ब्लेसिंग्स बाबा जी तू लेके आइए, ते वाहेगुरु जी दा खालसा वाहेगुरु जी की फतेह। जरा वरणी सो गया पहले ही स्लीपिंग। ओ वाहेगुरु जी का खालसा वाहेगुरु जी की फतेह। चलो जी मिलते हैं तानू असीं अनंतपुर साहब जाके। ਜ਼ੋਰਾਵਰ ਸੋ ਗਿਆ ਅਤੇ ਆਪਾਂ ਰੁਕ ਗਏ ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਲਈ। ਪ੍ਰਤੀਕ ਬਾਰ ਓਏ ਮੇਰੀ ਗਲੋਬੋ ਕਹਾਂ ਗਏ ਹਾਂ ਪੈਟਰੋਲ ਪਵਾਏ ਪੈਟਰੋਲ ਵੀਡੀਓ ਬਣਾਈ ਸਨੈਪ 'ਤੇ, ਤੇਲ ਪੈ ਗਿਆ ਹੈ ਗੱਡੀ ਦੇ ਵਿੱਚ, ਟੁੱਟ ਗਿਆ। ਲਓ ਜੀ ਅਸੀਂ ਪਹੁੰਚ ਗਏ ਫਾਈਨਲੀ ਅਨੰਦਪੁਰ ਸਾਹਿਬ, ਲੇਕਿਨ ਸਭ ਤੋਂ ਪਹਿਲਾਂ ਅਸੀਂ ਜਾ ਰਹੇ ਹਾਂ ਜੀ ਵਿਰਾਸਤ ਏ ਖਾਲਸਾ, ਕਿਉਂਕਿ ਇਹਦੀ ਟਾਈਮਿੰਗ ਹੈ ਸਵੇਰੇ 8:30 ਤੋਂ ਲੈ ਕੇ ਰਾਤ ਨੂੰ 4:30 ਤੱਕ, ਮਤਲਬ ਸ਼ਾਮ ਦੇ 4:30 ਤੱਕ। ਅਤੇ ਅਸੀਂ ਨਹੀਂ ਚਾਹੁੰਦੇ ਸੀ ਵੀ ਆਪਾਂ ਲੇਟ ਹੋ ਜਾਈਏ ਗੁਰਦੁਆਰਾ ਸਾਹਿਬ ਜਾ ਕੇ, ਅਤੇ ਅਸੀਂ ਸੋਚਿਆ ਪਹਿਲਾਂ ਇੱਥੇ ਹੀ ਜਾ ਕੇ ਕਿਉਂ ਨਾ ਦਿਖਾ ਦਿੱਤਾ ਜਾਵੇ ਆਪਣੇ ਪੁੱਤਰ ਨੂੰ ਵਿਰਾਸਤ ਏ ਖਾਲਸਾ। ਗੁਰਦੁਆਰਾ ਸਾਹਿਬ ਤੋਂ ਬਹੁਤਾ ਦੂਰ ਨਹੀਂ ਹੈ, ਮੈਨੂੰ ਲੱਗਦਾ 2 ਮਿੰਟ ਦਾ ਰਸਤਾ ਹੈ ਉੱਥੋਂ, ਅਤੇ ਤੁਸੀਂ ਆਰਾਮ ਨਾਲ ਦੋਨੋਂ ਜਗ੍ਹਾ ਜਾ ਸਕਦੇ। ਅੱਜ ਅਸੀਂ ਬਾਬਾ ਜੀ ਬਾਰੇ ਕਿੰਨੀਆਂ ਗੱਲਾਂ ਪਤਾ ਕਰਨੀਆਂ, ਬਹੁਤ ਸਾਰੀਆਂ। ਪਾਰਕਿੰਗ ਟਿਕਟ 20 ਰੁਪਏ ਆ, ਲੇਕਿਨ ਮਿਊਜ਼ੀਅਮ ਦੇਖਣ ਦਾ ਕੋਈ ਪ੍ਰਾਈਜ਼ ਨਹੀਂ ਹੈ, ਬਿਲਕੁਲ ਕੋਈ ਪ੍ਰਾਈਜ਼ ਨਹੀਂ ਹੈ। ਲੇਕਿਨ ਫਿਰ ਵੀ ਤੁਹਾਨੂੰ ਕਿਊਚ ਲੱਗ ਕੇ ਆਪਣੇ ਮੈਂਬਰਸ ਲਿਖਵਾਉਣੇ ਪੈਣਗੇ ਕਿੰਨੇ ਅਡਲਟ ਹੈ ਕਿੰਨੇ ਚਿਲਡਰਨ ਹੈ, ਜਿਹਦੀ ਫੋਟੋ ਤੁਹਾਡੇ ਫੋਨ ਦੇ ਵਿੱਚ ਕਲਿੱਕ ਕਰ ਦਿੱਤੀ ਜਾਏਗੀ, ਜੋ ਅੱਗੇ ਜਾ ਕੇ ਤੁਹਾਨੂੰ ਸਿਕਿਉਰਟੀ ਨੂੰ ਦਿਖਾਉਣੀ ਪਏਗੀ। ਸਾਨੂੰ ਮਿਲ ਗਈ ਹੈ ਟਿਕਟ ਅੱਜ ਦੇ ਦਿਨ ਲਈ, ਅਸੀਂ ਵਿਰਾਸਤ ਏ ਖਾਲਸਾ ਜਾ ਰਹੇ ਹਾਂ, ਫ੍ਰੀ ਆਫ ਕੋਸਟ ਹੈ, ਕੋਈ ਪ੍ਰਾਈਜ਼ ਨਹੀਂ ਹੈ, ਤੁਹਾਨੂੰ ਆਪਣਾ ਕੋਈ ਲੋੜ ਨਹੀਂ ਆਧਾਰ ਕਾਰਡ ਕੁਛ ਵੀ ਲੈ ਕੇ ਜਾਣ ਦੀ। ਜ਼ਰਾ ਵਰੀ ਐਕਸਾਈਟਿਡ, ਇੱਥੇ ਇੱਕ ਕੈਂਟੀਨ ਵੀ ਹੈ ਜਿੱਥੇ ਤੁਹਾਨੂੰ ਥੋੜ੍ਹਾ ਬਹੁਤ ਖਾਣ ਲਈ ਕੁਛ ਨਾ ਕੁਛ ਕੰਮ ਦਾ ਮਿਲ ਹੀ ਜਾਏਗਾ। ਸਾਡੇ ਇੱਥੋਂ 2 ਘੰਟੇ ਦਾ ਸਫ਼ਰ ਸੀ, ਇਸ ਕਰਕੇ ਪਹੁੰਚਦੇ ਸਾਨੂੰ ਭੁੱਖ ਲੱਗ ਗਈ, ਆਪਾਂ ਕਿਹਾ ਜਾਣ ਤੋਂ ਪਹਿਲਾਂ ਕੁਛ ਖਾ ਲਿਆ ਜਾਵੇ। ਰਾਵਰ ਲਈ ਜੂਸ ਲੈ ਲਿਆ ਸੀ ਅਤੇ ਮੈਂ ਲੈ ਲਈ ਪੈਟੀ। ਖਾਣ ਪੈਟੀਆਂ ਆਉਂਦੇ ਹੀ ਸ਼ੁਰੂ ਆਉਂਦੇ ਉਹ ਆਪਣਾ ਥੈਂਕ ਯੂ ਤਾਂ ਬੋਲਿਆ ਨਹੀਂ। ਹਾਏ ਹੈ ਨਹੀਂ ਮਿਲਣਾ ਤੁਹਾਨੂੰ, ਦੇ ਦਿਓ ਨਾ ਜੀ ਨਾ ਨੋ ਯੈਸ। ਆਪਾਂ ਜੀ ਸਾਨੂੰ ਮਿਲ ਗਈ ਸੀ ਟਿਕਟ ਅਤੇ ਹੁਣ ਆਪਾਂ ਜਾ ਰਹੇ ਹਾਂ ਐਂਟਰੈਂਸ ਵੱਲ। ਸਾਡੇ ਵਰਗੇ ਕਈ ਹੋਣਗੇ ਪ੍ਰਤੀਕ ਵਰਗੇ ਜਿੰਨਾ ਜਿਹੜੇ ਗਏ ਨਹੀਂ, ਜਿਨ੍ਹਾਂ ਨੂੰ ਵਿਰਾਸਤ ਏ ਖਾਲਸਾ ਨਹੀਂ ਦੇਖਿਆ, ਆਪਾਂ ਹੁਣ ਅੱਜ ਕੋਸ਼ਿਸ਼ ਕਰਾਂਗੇ ਵੀ ਦੇਖ ਪਾਉਣ ਤੋਂ ਸਾਰੇ ਸਾਡੇ ਨਾਲ, ਥੋੜ੍ਹਾ ਬਹੁਤਾ ਜਿੰਨਾ ਕੁ ਅਲਾਊਡ ਕਰਨਗੇ ਉਹ ਵੀ। ਵਿੱਚੋਂ ਦੀ ਉਹ ਗੁਰਦੁਆਰਾ ਸਾਹਿਬ ਤਾਂ ਨਜ਼ਰ ਆਉਂਦਾ ਨਾ ਕੋਈ, ਪੌੜੀਆਂ ਥੋੜ੍ਹੀਆਂ ਹੀ ਚੜ੍ਹਨੀਆਂ ਪੈਂਦੀਆਂ, ਜ਼ਿਆਦਾ ਨਹੀਂ ਹੈ। ਔਰ ਇੱਥੇ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਵਾਸ਼ਰੂਮ ਫੈਸਿਲਿਟੀ ਵੀ ਹੈ ਫੋਰ ਮੇਲ ਐਂਡ ਫੀਮੇਲ, ਉਹਨੂੰ ਯੂਜ਼ ਕਰ ਸਕਦੇ ਹੋ। ਅਤੇ ਫਿਰ ਆਪਾਂ ਪਹੁੰਚ ਕੇ ਜੀ ਉੱਪਰਲੀ ਸਾਈਡ, ਇੱਧਰ ਵੀ ਐਂਟਰੀ ਹੈਗੀ ਹੈ ਜੀ,
ਉੱਥੇ ਪਾਣੀ ਦਾ ਪਾਰਕ ਚੱਲੇ ਆ। ਆਇਆ ਮੇਨ ਬਿਲਡਿੰਗ, ਗਗਰ ਪਹਿਲਾਂ ਵੀ ਆਈ ਚੁੱਕੀ ਆ, ਮੈਂ ਤਾਂ ਬਰਾਬਰ ਫਸਟ ਟਾਈਮ ਆ ਰਹੇ ਹਾਂ। ਇੱਥੇ ਤੁਹਾਨੂੰ ਅਲੱਗ ਅਲੱਗ ਹਾਲਸ ਮਿਲਣਗੇ ਅਤੇ ਹਰ ਹਾਲ ਇੱਕ ਦੂਜੇ ਨਾਲ ਕਨੈਕਟਡ ਹੈ ਅਤੇ ਹਰ ਹਾਲ ਦੀ ਆਪਣੀ ਹੀ ਇੰਪੋਰਟੈਂਸ ਹੈ। ਇਹ ਮੇਰਾ ਫੇਵਰੇਟ ਵਾਲਾ ਹੈ ਕਿਉਂਕਿ ਇੱਥੇ ਨਾ ਪੂਰਾ ਪੰਜਾਬ ਦਾ ਕਲਚਰ ਬਹੁਤ ਹੀ ਸੋਹਣੇ ਤਰੀਕੇ ਨਾਲ ਰੀਪ੍ਰਜੈਂਟ ਕੀਤਾ ਗਿਆ ਹੈ। ਹਰੇਕ ਤਿਉਹਾਰ ਨੂੰ, ਹਰੇਕ ਕਿਵੇਂ ਲੋਕ ਰਹਿੰਦੇ ਸੀ, ਕਿਵੇਂ ਉਹਨਾਂ ਦਾ ਰਹਿਣ ਸਹਿਣ ਸੀ, ਕੀ ਖਾਂਦੇ ਸੀ, ਕਿੱਦਾਂ ਘੁੰਮਦੇ ਸੀ, ਸਭ ਦਿਖਾਇਆ ਗਿਆ। ਔਰ ਦਰਬਾਰ ਸਾਹਿਬ ਮਿਡਲ ਦੇ ਵਿੱਚ ਜਿਹੜਾ ਦਿਖਾਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਅਤੇ ਸੋਹਣੀ ਫੁਲਕਾਰੀਆਂ ਦੀ ਸਜੀ ਹੋਈ ਹੈ। ਛੱਤ ਵੀ ਬਹੁਤ ਖੂਬਸੂਰਤ ਹੈ ਅਤੇ ਨਾਲ ਨਾਲ ਜਿਹੜਾ ਪੰਜਾਬੀ ਮਿਊਜ਼ਿਕ ਇਹਨਾਂ ਤਿਉਹਾਰਾਂ ਨੂੰ ਰੀਪ੍ਰਜੈਂਟ ਕਰਦਾ, ਇਹ ਵੀ ਬਹੁਤ ਵਧੀਆ ਹੈ। ਜਦੋਂ ਤੁਸੀਂ ਅੱਗੇ ਵਧੋਗੇ ਅਤੇ ਵੇਖੋਗੇ ਇੱਕ ਤਾਰਿਆਂ ਨਾਲ ਭਰਿਆ ਹੋਇਆ ਕਮਰਾ ਜਿੱਥੇ ਅਨਹਦ ਇੱਕ ਧੁਨ ਵੱਜ ਰਹੀ ਹੈ, ਇੱਕ ਓਂਕਾਰ ਲਿਖਿਆ ਹੋਇਆ ਹੈ ਜਿੱਥੋਂ ਅੱਗੇ ਵਧਣ ਨੂੰ ਤੁਹਾਡਾ ਜੀ ਨਹੀਂ ਕਰਦਾ, ਅਤੇ ਜਦੋਂ ਤੁਸੀਂ ਅੱਗੇ ਜਾਂਦੇ ਹੋ ਤਾਂ ਦੇਖਦੇ ਹੋ ਦਸਾਂ ਪਾਤਸ਼ਾਹੀਆਂ ਦੀ ਜੀਵਨ ਰਚਨਾ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਦਿਖਾਇਆ ਗਿਆ ਹੈ। ਉੱਥੇ ਬੌਲੀ ਸਾਹਿਬ ਜਿਹੜਾ ਗੁਰਦੁਆਰਾ ਹੈ ਉਹਨਾਂ ਨੂੰ ਵੀ ਦਿਖਾਇਆ ਗਿਆ ਹੈ, ਪਹਿਲੀ ਪਾਤਸ਼ਾਹੀ ਦੀ ਪੂਰੀ ਜੀਵਨ ਨੂੰ ਦਿਖਾਇਆ ਗਿਆ ਹੈ। ਉੱਥੇ ਵੇਖਣ ਦੇ ਨਾਲ ਨਾਲ ਵਿਰਾਸਤ ਏ ਖਾਲਸਾ ਨੇ ਤੁਹਾਨੂੰ ਸੁਣਨ ਦੀ ਫੈਸਿਲਿਟੀ ਵੀ ਦਿੱਤੀ ਹੈ। ਉਹਨਾਂ ਦੀ ਐਪ ਹੈ ਜਿੱਥੇ ਤੁਸੀਂ ਡਾਊਨਲੋਡ ਕਰਕੇ ਉੱਥੋਂ ਸਾਰੀ ਚੀਜ਼ਾਂ ਸੁਣ ਵੀ ਸਕਦੇ ਹੋ, ਨਾਲ ਨਾਲ ਚੱਲਦੇ ਹੋ ਤਾਂ ਤੁਹਾਨੂੰ ਹਰ ਜਗ੍ਹਾ ਦੀ ਜਗ੍ਹਾ ਸੁਣਾਈ ਦਿੰਦੀ ਹੈ। ਇੰਨਾ ਵੇਖ ਕੇ ਜਦੋਂ ਤੁਸੀਂ ਬਾਹਰ ਆਉਂਦੇ ਹੋ ਤਾਂ 33 ਤਵੀ ਦਿਖਾਈ ਦਿੰਦੀ ਹੈ ਜੋ ਕਿ ਸਾਡੀ 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਦਰਸਾਉਂਦੀ ਹੈ। ਬਸ ਉੱਥੋਂ ਹੀ ਅਸੀਂ ਅਗਲੇ ਆਡੀਟੋਰੀਅਮ ਵੱਲ ਚਲੇ ਜਾਂਦੇ ਹਾਂ ਜਿੱਥੇ ਕਿ 6ਵੀਂ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਦੇ ਸਾਰੇ ਹੀ ਹਿੱਸਿਆਂ ਨੂੰ, ਉਹਨਾਂ ਦੀ ਜੀਵਨ ਰਚਨਾ ਨੂੰ ਬਹੁਤ ਹੀ ਬਖੂਬੀ ਤਰੀਕੇ ਦੇ ਨਾਲ ਵਿਖਾਇਆ ਗਿਆ ਹੈ, ਜਿਹੜਾ ਕਿ ਇੰਨਾ ਮੋਹਕ ਲੱਗਦਾ ਕਿ ਅਸੀਂ ਉੱਥੇ ਕਿੰਨਾ ਹੀ ਸਮਾਂ ਖੜ੍ਹੇ ਰਹਿੰਦੇ ਹਾਂ। ਹਰ ਇੱਕ ਚੀਜ਼ ਨੂੰ ਤੁਸੀਂ ਪੜੂੰਗੇ, ਹਰ ਇੱਕ ਜਗ੍ਹਾ ਨੂੰ ਦੇਖੋਗੇ, ਇਵੇਂ ਲੱਗਦਾ ਕਿ ਜਿਵੇਂ ਇਤਿਹਾਸ ਸਾਡੇ ਸਾਹਮਣੇ ਹੀ ਦੁਬਾਰਾ ਦੁਹਰਾਇਆ ਜਾ ਰਿਹਾ ਹੈ। ਇੱਥੇ ਇੱਕ ਇੱਦਾਂ ਦਾ ਆਡੀਟੋਰੀਅਮ ਵੀ ਤਿਆਰ ਕੀਤਾ ਗਿਆ ਹੈ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਨੂੰ ਬਹੁਤ ਹੀ ਖੂਬਸੂਰਤੀ ਨਾਲ ਇੱਕ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਹੈ। ਕਦੇ ਕਦੇ ਗੁਰਘਰ ਦੇ ਮਸੰਦਾਂ ਦੇ ਸਤਾਏ ਵਿੱਚ ਗੁਰਸਿੱਖ ਵੀ ਹੁੰਦੇ। ਦਸਾਂ ਪਾਤਸ਼ਾਹ ਨੇ ਇਖਲਾਕ ਤੋਂ ਗਿਰੇ ਹੋਏ ਮਸੰਦਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ ਇਸ ਪ੍ਰਥਾ ਨੂੰ ਖਤਮ ਕਰਕੇ ਖਾਲਸੇ ਦੀ ਸਿਰਜਣਾ ਦਾ ਨਿਰਣਾ ਕੀਤਾ। ਖਾਲਸਾ ਜੋ ਲਾਈਟ ਦਿਖ ਰਹੀ ਹੈ ਸਾਰਿਆਂ 'ਚ ਦਾ ਸ਼ਲੋਕ ਹੈ। ਉਸ ਸਮੇਂ ਦੀ ਜਿਹੜੀ ਵਰਤੋਂ 'ਚ ਆਉਣ ਵਾਲੇ ਪੰਜਾਬ ਦੇ ਜਿਹੜੇ ਸਿੱਕੇ ਸੀ ਉਹ ਵੀ ਦਿਖਾਏ ਗਏ ਨੇ। ਪੰਜਾਬ ਦਾ ਇਤਿਹਾਸ ਦਸਾਂ ਗੁਰੂਆਂ 'ਤੇ ਖਤਮ ਨਹੀਂ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਕਾਲ ਨੂੰ, ਉਹਨਾਂ ਦੇ ਯੋਗਦਾਨ ਨੂੰ ਪੰਜਾਬ ਲਈ ਉਹਨਾਂ ਨੇ ਕੀ ਕੀਤਾ ਉਹ ਵੀ ਬਹੁਤ ਅੱਛੀ ਤਰ੍ਹਾਂ ਦਿਖਾਇਆ ਗਿਆ ਅਤੇ ਇੱਥੇ ਤੱਕ ਕਿ ਅੰਗਰੇਜ਼ਾਂ ਨੇ ਪੰਜਾਬ 'ਤੇ ਕਿਵੇਂ ਰੂਲ ਕੀਤਾ, ਲੋਕ ਪਹਿਲਾਂ ਕਿਵੇਂ ਰਹਿੰਦੇ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਕਿਵੇਂ ਰਹਿਣਾ ਪਿਆ, ਇੱਥੇ ਤੱਕ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਰਾਜ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਸ਼ਾਸਨ ਨੂੰ ਵੀ ਦਿਖਾਇਆ ਗਿਆ, ਜਿਵੇਂ ਕਿ ਪਟਿਆਲਾ ਸਟੇਟ, ਕਪੂਰਥਲਾ ਸਟੇਟ, ਫਰੀਦਕੋਟ ਸਟੇਟ, ਮਲੇਰਕੋਟਲਾ ਸਟੇਟ, ਔਰ ਇੱਦਾਂ ਦੇ ਬਹੁਤ ਸਾਰੇ ਹੋਰ ਵੀ। ਅਤੇ ਇਹ ਸਾਰਾ ਵੇਖਣ ਨੂੰ ਘੱਟੋ ਘੱਟ ਵੀ ਜੇ ਤੁਸੀਂ ਜਲਦੀ ਜਲਦੀ ਵੀ ਦੇਖਦੇ ਹੋ ਤਾਂ ਤੁਹਾਨੂੰ 2 ਤੋਂ 2.5 ਘੰਟੇ ਤਾਂ ਆਰਾਮ ਦੇ ਨਾਲ ਲੱਗ ਜਾਣਗੇ ਅਤੇ ਇੰਨਾ ਸਮਾਂ ਤੁਹਾਨੂੰ ਲੈ ਕੇ ਆਉਣਾ ਹੀ ਪਵੇਗਾ। ਅਤੇ ਬਸ ਚੱਲਦੇ ਹਾਂ ਅੱਗੇ ਫਿਰ। ਹਾਂਜੀ ਜੀ, ਅਸੀਂ ਘੁੰਮ ਕੇ ਆ ਗਏ ਜੀ ਵਿਰਾਸਤੇ ਖਾਲਸਾ, ਕਿਉਂਕਿ ਇਹਦੀ ਟਾਈਮਿੰਗ ਸੀਗੀ ਜੀ 4 ਵਜੇ ਬੰਦ ਹੋ ਜਾਂਦਾ ਗੇਟ ਇਹਦੇ, ਇਸ ਕਰਕੇ ਸੋਚਿਆ ਪਹਿਲਾਂ ਇੱਥੇ ਜਾਣੇ ਆ ਫਿਰ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ, ਹੈ ਨਾ ਜੀ। ਚਲੋ ਚਲੀਏ ਫਿਰ ਗੁਰਦੁਆਰਾ ਅਨੰਦਪੁਰ ਸਾਹਿਬ। ਗੁਰਦੁਆਰਾ ਸਾਹਿਬ ਦੇ ਬਾਹਰ ਹੀ ਜਿਹੜਾ ਰੋਡ ਹੈ ਉੱਥੇ ਬਹੁਤ ਸਾਰੀ ਰੌਣਕ ਲੱਗੀ ਹੁੰਦੀ, ਖੂਬ ਸਾਰੇ ਦੁਕਾਨਾਂ ਆ ਖਿਲੌਣਿਆਂ ਦੀਆਂ ਅਤੇ ਹੋਰ ਚੀਜ਼ਾਂ ਦੀਆਂ। ਲਓ ਜੀ ਪਹੁੰਚ ਗਏ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੇ ਬਾਬਾ ਜੀ ਨੇ ਸੱਦੀ ਲਿਆ ਹੋਲੇ ਮਹੱਲੇ 'ਤੇ ਤਾਂ ਆਇਆ ਨਹੀਂ ਜਾਂਦਾ ਹੁੰਦਾ ਕਿ ਆਪਾਂ ਵਿਸਾਖੀ ਤੋਂ ਪਹਿਲਾਂ ਹੀ ਆ ਗਏ। ਜ਼ੋਰਾਵਰ ਕਿੰਨਾ ਖੁਸ਼ ਹੋ ਰਿਹਾ ਇੱਥੇ ਆ ਕੇ। ਚਲੋ ਜੀ ਪਰਚੀ ਦੇ ਦਿਓ ਲੋਕ ਪ੍ਰਸ਼ਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸੁਣ ਕੇ ਕਰ ਰਾਜਾ ਉੱਠਦਾਇਓ। ਇਹ ਉਹ ਸੋਹਣੀ ਥਾਂ ਹੈ ਜਿੱਥੇ ਸਾਡੇ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ ਪੰਜਾਂ ਪਿਆਰਿਆਂ ਨੂੰ। ਹੋਲਾ ਮਹੱਲਾ ਅਤੇ ਵਿਸਾਖੀ ਦੇ ਨੇੜੇ ਤਾਂ ਅਨੰਦਪੁਰ ਸਾਹਿਬ ਬਹੁਤ ਜ਼ਿਆਦਾ ਰਸ਼ ਹੁੰਦਾ, ਪਰ ਇਸ ਟਾਈਮ ਇੱਥੇ ਰਸ਼ ਨਹੀਂ ਸੀ, ਇਸ ਕਰਕੇ ਆਪਾਂ ਬਾਹਰ ਆ ਗਏ, ਥੋੜ੍ਹੀ ਦੇਰ ਇੱਥੇ ਹੀ ਬੈਠ ਗਏ। ਸ਼ਬਦ ਕੀਰਤਨ ਬਹੁਤ ਵਧੀਆ ਚੱਲ ਰਿਹਾ ਸੀ ਅਤੇ ਇੱਥੋਂ ਜਾਣ ਨੂੰ ਮਨ ਵੀ ਨਹੀਂ ਸੀ ਕਰ ਰਿਹਾ। ਅਤੇ ਅੱਜ ਜ਼ੋਰਾਵਰ ਵੀ ਬਹੁਤ ਖੁਸ਼ ਸੀ ਇੱਥੇ ਘੁੰਮ ਕੇ, ਉਹਨੂੰ ਬਹੁਤ ਹੀ ਅੱਛਾ ਲੱਗ ਰਿਹਾ ਸੀ ਇਹ ਥਾਂ, ਅਤੇ ਸਾਨੂੰ ਵੀ ਵਧੀਆ ਲੱਗ ਰਿਹਾ ਸੀ ਇੱਥੇ ਬੈਠਣਾ। ਜੇਕਰ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਨਗਰੀ ਨੂੰ ਵਸਾਇਆ ਸੀ, ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਜੀਵਨ ਕਾਲ ਦਾ ਬਹੁਤਾ ਸਮਾਂ ਇੱਥੇ ਹੀ ਬਿਤਾਇਆ ਹੈ, ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦੇ ਵੀ ਇੱਥੇ ਹੀ ਖੇਡੇ ਸਨ, ਅਤੇ ਇਸ ਕਰਕੇ ਸਿੱਖ ਕੌਮ ਲਈ ਇਹ ਥਾਂ ਬਹੁਤ ਹੀ ਵੱਡਮੁੱਲੀ ਹੈ। ਚਲੋ ਜੀ ਆਪਾਂ ਚੱਲੇ ਹਾਂ ਜੀ ਗੁਰੂ ਘਰ ਤੋਂ ਵਾਪਸ, ਮੱਥਾ ਟੇਕ ਲਿਆ ਸੀ। ਅਤੇ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਵਧੀਆ ਹੋ ਗਈ, ਕਿਉਂਕਿ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਤਾਂ ਜੀ 14 ਮਾਰਚ ਤੋਂ ਹੀ ਨਵਾਂ ਸਾਲ ਸ਼ੁਰੂ ਹੁੰਦਾ, ਅਤੇ ਅਸੀਂ ਮਾਰਚ ਮਹੀਨੇ ਆ ਗਏ ਹਾਂ ਜੀ ਮੱਥਾ ਟੇਕਣ ਗੁਰੂ ਘਰ, ਅਤੇ ਉਹਨਾਂ ਤੋਂ ਵੱਡੇ ਆਸ਼ੀਰਵਾਦ ਲੈਣ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ, ਅਤੇ ਉਹਨਾਂ ਸਾਰਿਆਂ ਲਈ ਜੋ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਲਈ ਇਹ ਸਾਲ ਬਹੁਤ ਹੀ ਵਧੀਆ, ਬਹੁਤ ਹੀ ਖੁਸ਼ੀਆਂ ਭਰਿਆ ਰਹੇ। ਅਤੇ ਹੁਣ ਜੀ ਅਸੀਂ ਜਾ ਰਹੇ ਹਾਂ ਬੌਲੀ ਸਾਹਿਬ ਮੱਥਾ ਟੇਕਣ, ਅਤੇ ਇੱਥੇ ਬਹੁਤ ਸਾਰੇ ਗੁਰਦੁਆਰੇ ਨੇ ਕਿਉਂਕਿ ਹਰ ਗੁਰਦੁਆਰੇ ਦਾ ਇੱਕ ਆਪਣਾ ਇਤਿਹਾਸ ਹੈ। ਅਤੇ ਇੱਥੇ ਅਸੀਂ ਆਏ ਹਾਂ ਜੀ ਕਿਲ੍ਹਾ ਅਨੰਦਪੁਰ ਸਾਹਿਬ, ਬਹੁਤ ਇਤਿਹਾਸਿਕ ਥਾਂ ਹੈ ਇਹ ਵੀ, ਅਤੇ ਇੱਥੇ ਵੀ ਆਪਾਂ ਮੱਥਾ ਟੇਕ ਕੇ ਜਾਵਾਂਗੇ। ਇੱਥੇ ਤੁਸੀਂ ਬਾਹਰ ਦੇਖੋਗੇ ਤਾਂ ਦੂਰ ਦੂਰ ਤੱਕ ਤੁਹਾਨੂੰ ਪਹਾੜੀਆਂ ਦਿਖਣਗੀਆਂ, ਵਿਰਾਸਤੇ ਖਾਲਸਾ ਵੀ ਇੱਥੋਂ ਦਿਖੇਗਾ, ਗੁਰਦੁਆਰਾ ਅਨੰਦਪੁਰ ਸਾਹਿਬ ਵੀ ਇੱਥੋਂ ਦਿਖੇਗਾ, ਬਹੁਤ ਹੀ ਖੂਬਸੂਰਤ ਨਜ਼ਾਰਾ ਇੱਥੋਂ ਬਾਹਰੋਂ। ਅਤੇ ਬਾਹਰ ਆਉਂਦੇ ਸਾਨੂੰ ਭੁੱਖ ਲੱਗ ਗਈ, ਸਭ ਤੋਂ ਪਹਿਲਾਂ ਅਸੀਂ ਜੂਸ ਵੱਲ ਹੋ ਗਏ ਜੀ। ਥੈਂਕ ਯੂ, ਮਿਹਰਬਾਨੀ ਤੁਹਾਡੀ। ਖੇਡਾਂ ਦੇਵੇ ਅਸੀਂ ਅਲੱਗ ਅਲੱਗ ਚੀਜ਼ਾਂ ਸਾਰੀਆਂ ਇੱਥੇ ਟਰਾਈ ਕੀਤੀਆਂ, ਗੋਲ ਗੱਪੇ ਵੀ ਖਾਧੇ, ਆਪਾਂ ਕੁਲਫੀ ਵੀ ਖਾਧੀ, ਆਪਾਂ ਜੂਸ ਵੀ ਪੀਤਾ, ਛੱਡਿਆ ਆਪਾਂ ਇੱਥੇ ਕੁਛ ਨਹੀਂ, ਮੋਸਟਲੀ ਜਿੰਨੀਆਂ ਚੀਜ਼ਾਂ ਸਾਨੂੰ ਲੱਗੀਆਂ ਅਸੀਂ ਸਾਰੀਆਂ ਹੀ ਹੌਲੀ ਹੌਲੀ ਕਰਕੇ ਟੇਸਟ ਕਰ ਲਈਆਂ। ਜਦ ਤੱਕ ਅਸੀਂ ਖਾਂਦੇ ਹਾਂ ਗੋਲ ਗੱਪੇ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਵਲੌਗ ਕਿਵੇਂ ਦਾ ਲੱਗਾ। ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਨੇ, ਅਤੇ ਜ਼ਰੂਰ ਕਮੈਂਟ ਕਰਿਓ। ਐਂਡ ਡੋਂਟ ਫੋਰਗੇਟ ਟੂ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਆਰ ਚੈਨਲ ਫਨ ਐਂਡ ਫਲੇਮ। ਬਾਏ, ਟੇਕ ਕੇਅਰ, ਸਟੇ ਹੈਪੀ, ਸਟੇ ਹੈਲਦੀ।